ਹੈਲੋ एवरीवन ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਇਟਸ ਜੀ ਕੀ ਗੁਰਜੀ ਤੇ ਦੋਸਤੋ ਅੱਜ ਦੀ ਇਸ ਵੀਡੀਓ ਚ ਆਪਾਂ ETT ਦੇ ਸੈਕਿੰਡ ਐਗਜ਼ਾਮ ਦੇ ਆਨਸਰ ਕੀ ਡਿਸਕਸ ਕਰਾਂਗੇ ਤੇ ਸਾਡੇ ਕੋਲ ਇਸ ਵੇਲੇ ਸੈਟ A ਹੈਗਾ ਜੀ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਪੰਜਾਬੀ ਪਾਰਟ ਤੋਂ ਫਰਸਟ ਕੁਐਸਚਨ ਦਾ ਆਨਸਰ ਹੈਗਾ ਜੀ অপਸ਼ਨ ਨੰਬਰ A ਸੈਕਿੰਡ ਕੁਐਸਚਨ ਦਾ ਆਨਸਰ ਹੈਗਾ অপਸ਼ਨ ਨੰਬਰ A ਨਾਲ ਦੇ ਨਾਲ ਤੁਸੀਂ ਨੋਟ ਕਰਦੇ ਜਾਣਾ ਜੀ ਫਿਰ ਤੋਂ ਰਿਪੀਟ ਕਰਦੇ ਹਾਂ ਸਾਡੇ ਕੋਲ ਇਸ ਵੇਲੇ ਪੇਪਰ ਦਾ ਸੈਟ ਜਿਹੜਾ A ਹੈਗਾ ਨੈਕਸਟ ਕੁਐਸਚਨ ਹੈਗਾ ਜੀ ਨੈਕਸਟ ਕੁਐਸਚਨ ਦਾ ਆਨਸਰ ਹੈਗਾ ਜੀ অপਸ਼ਨ ਨੰਬਰ ਸੀ ਕੁਐਸਚਨ ਨੰਬਰ 4 ਦਿੱਤਾ ਹੈ ਜੀ ਇਸ ਦਾ ਕਰੈਕਟ ਆਨਸਰ ਹੈਗਾ অপਸ਼ਨ ਨੰਬਰ ਏ ਕੁਐਸਚਨ ਨੰਬਰ 5 ਦਾ ਕਰੈਕਟ ਆਨਸਰ ਹੈਗਾ ਜੀ অপਸ਼ਨ ਨੰਬਰ ਏ ਕੁਐਸਚਨ ਨੰਬਰ 6 ਦਾ ਜਿਹੜਾ ਕਰੈਕਟ ਆਨਸਰ ਹੈਗਾ অপਸ਼ਨ ਨੰਬਰ ਬੀ ਤੇ ਕੁਐਸਚਨ ਨੰਬਰ 7 ਦਾ ਕਰੈਕਟ ਆਨਸਰ ਹੈਗਾ অপਸ਼ਨ ਨੰਬਰ ਬੀ ਕਵੈਸਚਨ ਨੰਬਰ 8 ਦਾ ਜਿਹੜਾ ਕਰੈਕਟ ਆਨਸਰ ਹੈਗਾ ਆਪਸ਼ਨ ਨੰਬਰ ਸੀ ਕਵੈਸਚਨ ਨੰਬਰ 9 ਦਾ ਕਰੈਕਟ ਆਨਸਰ ਹੈਗਾ ਜੀ ਆਪਸ਼ਨ ਨੰਬਰ ਏ ਕਵੈਸਚਨ ਨੰਬਰ 10 ਦਾ ਕਰੈਕਟ ਆਨਸਰ ਹੈਗਾ ਆਪਸ਼ਨ ਨੰਬਰ ਡੀ ਕਵੈਸਚਨ ਨੰਬਰ 11 ਦਾ ਜਿਹੜਾ ਕਰੈਕਟ ਆਨਸਰ ਹੈਗਾ ਆਪਸ਼ਨ ਨੰਬਰ ਏ ਕਵੈਸਚਨ ਨੰਬਰ 12 ਦਾ ਕਰੈਕਟ ਆਨਸਰ ਹੈਗਾ ਜੀ ਆਪਸ਼ਨ ਨੰਬਰ ਏ ਪਾਈ ਵੀਰ ਸਿੰਘ ਕੁਐਸਚਨ ਨੰਬਰ 13 ਦਾ ਜਿਹੜਾ கரੈਕਟ ਆਨਸਰ ਹੈਗਾ ਆਪਸ਼ਨ ਨੰਬਰ ਸੀ ਕੁਐਸਚਨ ਨੰਬਰ 14 ਦਾ கரੈਕਟ ਆਨਸਰ ਹੈਗਾ ਜੀ ਆਪਸ਼ਨ ਨੰਬਰ ਸੀ ਤੇ ਕੁਐਸਚਨ ਨੰਬਰ 15 ਦਾ கரੈਕਟ ਆਨਸਰ ਹੈਗਾ ਜੀ ਆਪਸ਼ਨ ਨੰਬਰ ਡੀ ਹੁਣ ਜਿਹੜਾ ਆਪਾਂ ਨੈਕਸਟ ਪਾਰਟ ਕਰਦੇ ਹਾਂ ਜੀ ਇੰਗਲਿਸ਼ ਪੇਰਾ ਤੁਸੀਂ ਰੀਡ ਕਰ ਹੀ ਲੈ ਆਉਣਾ ਫਰਸਟ ਕੁਐਸਚਨ ਦਾ करेक्ट आंसर है जी ऑप्शन नंबर बी क्वेश्चन नंबर सतारा का करेक्ट आंसर है जी ऑप्शन नंबर बी क्वेश्चन नंबर अठारह का जोड़ा करैक्ट आंसर है ऑप्शन नंबर ए क्वेश्चन नंबर उन्नी का करेक्ट आंसर है जी ऑप्शन नंबर सी क्वेश्चन नंबर भी का करट आंसर है ऑप्शन नंबर ए क्वेश्चन नंबर इक्की करेक्ट आंसर है जी ऑप्शन नंबर बी क्वेश्चन नंबर बई का करेक्ट आंसर है ऑप्शन नंबर डी अमंग क्वेश्चन नंबर तेई का जोड़ा करेक्ट आंसर है ऑप्शन नंबर ए बट क्वेश्चन नंबर चौबीस का करेक्ट आंसर है ऑप्शन नंबर बी हैड स्पोकन क्वेश्चन नंबर पच्ची दा, का करैक्ट आंसर है जी ऑप्शन नंबर डी क्वेश्चन नंबर छब्बी का करैक्ट आंसर है जी ऑप्शन नंबर सी ह्यूज क्वेश्चन नंबर सताई का करेक्ट आंसर है ऑप्शन नंबर सी सिविल क्वेश्चन नंबर अठाई का करैक्ट आंसर है जी ऑप्शन नंबर डी क्वेश्चन नंबर उन्ती का கரெக்ட் ஆன்சர் ਰਹੇਗਾ ਜੀ ਕੁਐਸਚਨ ਨੰਬਰ অপਸ਼ਨ ਨੰਬਰ ਸੋਰੀ ਬੀ ਤੇ ਕੁਐਸਚਨ ਨੰਬਰ 30 ਦਾ கரெக்ட் ਆਨਸਰ ਹੈਗਾ অপਸ਼ਨ ਨੰਬਰ ਸੀ ਨੈਕਸਟ ਪਾਰਟ ਵੱਲ ਚਲਦੇ ਹਾਂ ਜੀ ਹਾਂਜੀ ਨੈਕਸਟ ਪਾਰਟ ਹੈਗਾ ਜੀ ਹਿੰਦੀ ਦਾ ਕੁਐਸਚਨ ਨੰਬਰ 31 ਦਾ ਜਿਹੜਾ கரெக்ட் ਆਨਸਰ ਹੈਗਾ অপਸ਼ਨ ਨੰਬਰ ਸੀ ਕੁਐਸਚਨ ਨੰਬਰ 32 ਦਾ ਜਿਹੜਾ கரெக்ட் ਆਨਸਰ ਹੈਗਾ ਜੀ ऑप्शन नंबर बी क्वेश्चन नंबर तेती का करैक्ट आंसर है ऑप्शन नंबर बी क्वेश्चन नंबर चौंती का जोड़ा करैक्ट आंसर है ऑप्शन नंबर ए चलते हैं नैक्सट क्वेश्चन वाल क्वेश्चन नंबर पैंती का जोड़ा करैक्ट आंसर है ऑप्शन नंबर सी क्वेश्चन नंबर छत्तीस का जरा करेक्ट आंसर है ओप्शन नंबर ए क्वेश्चन नंबर सैंती का करेक्ट आंसर रहेगा जी ऑप्शन नंबर सी क्वेश्चन नंबर अठत्ती जोड़ा करेक्ट आंसर है ऑप्शन नंबर बी क्वेश्चन नंबर का करेक्ट आंसर है जी ऑप्शन नंबर डी क्वेश्चन नंबर चाली का करैक्ट आंसर है ऑप्शन नंबर बी करेक्ट आंसर है जी ऑप्शन नंबर सी ਹਾਂਜੀ ਕੁਐਸਚਨ ਨੰਬਰ 42 ਦਾ ਕਰੈਕਟ ਆਨਸਰ ਹੈਗਾ ਜੀ অপਸ਼ਨ ਨੰਬਰ ਸੀ ਕੁਐਸਚਨ ਨੰਬਰ 43 ਦਾ ਜਿਹੜਾ ਕਰੈਕਟ ਆਨਸਰ ਹੈਗਾ অপਸ਼ਨ ਨੰਬਰ ਡੀ ਕੁਐਸਚਨ ਨੰਬਰ 44 ਦਾ ਕਰੈਕਟ ਆਨਸਰ ਹੈਗਾ ਜੀ অপਸ਼ਨ ਨੰਬਰ ਬੀ ਤੇ ਕੁਐਸਚਨ ਨੰਬਰ 45 ਦਾ ਜਿਹੜਾ ਕਰੈਕਟ ਆਨਸਰ ਹੈਗਾ অপਸ਼ਨ ਨੰਬਰ ਬੀ ਹਾਂਜੀ ਇਸ ਪੇਪਰ ਦੇ ਬਾਕੀ 파ੜ ਦੇ ਵੀ ਆਨਸਰ ਆਪਾਂ ਜਲਦ ਹੀ ਡਿਸਕਸ ਕਰਾਂਗੇ ਹਾਂਜੀ ਇਸ ਵੀਡੀਓ ਨੂੰ ਆਪਣੇ ਸਾਥੀਆਂ ਦੇ ਨਾਲ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ